ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਪਟਿਆਲਾ ਵੱਲੋਂ ਬਿਜਲੀ ਦੀ ਚੋਰੀ ਰੋਕਣ ਲਈ ਵਿਸ਼ੇਸ਼ ਤੌਰ ਤੇ ਮੁਹਿੰਮ ਵਿੱਢੀ ਗਈ ਹੈ ਜਿਸ ਤਹਿਤ ਅੱਜ ਤਰਨਤਾਰਨ ਸ਼ਹਿਰ ਦੇ ਵੱਖ ਵੱਖ ਮੁਹੱਲਿਆਂ ਵਿੱਚ ਰੇਡ ਕਰਕੇ ਘਰਾਂ ਵਿੱਚ ਜਾਂਦੀ ਬਿਜਲੀ ਦੇ ਸਪਲਾਈ ਵਾਲੇ ਬਕਸਿਆਂ ਦੀ ਵਿਸ਼ੇਸ਼ ਤੌਰ ਤੇ ਚੈਕਿੰਗ ਕੀਤੀ ਗਈ ਜਿਸ ਵਿੱਚ 5 ਦੇ ਕਰੀਬ ਬਿਜਲੀ ਚੋਰੀ ਕਰਦੇ ਹੋਏ ਕਾਬੂ ਕਰਕੇ ਉਹਨਾਂ ਨੂੰ ਜੁਰਮਾਨਾ ਕੀਤਾ ਗਿਆ ਹੈ ਤੇ 15 ਦੇ ਕਰੀਬ ਬਿਜਲੀ ਵਾਲੇ ਮੀਟਰ ਜ਼ਬਤ ਕਰਕੇ ਉਹਨਾਂ ਨੂੰ ਪਟਿਆਲਾ ਚੈਕਿੰਗ ਲਈ ਭੇਜ ਦਿੱਤਾ ਗਿਆ ਹੈ ਦੂਜੇ ਪਾਸੇ ਲੋਕਾਂ ਨੂੰ ਪਤਾ ਲੱਗਣ ਤੇ ਅਫੜਾ-ਦਫੜੀ ਮਚ ਗਈ ਹੈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ। ਕਿੰਨੇ ਕੇਸ ਪੜੇ ਗਏ? ਸਾਡੇ ਵੱਲੋਂ ਤਾਂ ਇੱਕ ਗੁਰੂ ਤੇਗ ਬਹਾਦਰ ਨਗਰ 'ਚ ਕੀਤੀ ਗਈ ਹੈ ਅਤੇ ਇੱਕ ਇਹ ਨੂਰ ਦੀ ਜਿਹੜਾ ਬਾਜ਼ਾਰ ਹੈ ਇਹਦੇ 'ਚ ਕਰ ਰਹੇ ਹਾਂ ਅਤੇ ਜਿਹੜੇ ਦੂਸਰੇ ਸਕੁਐਡਸ ਹੈਗੇ ਨੇ ਉਹ ਤਰਨ ਤਾਰਨ ਦੇ ਜਿਹੜੇ ਸਬਰਬਸ ਦੇ ਏਰੀਏ ਨੇ ਟਿੱਕੀ ਵਿੰਡ ਵਗੈਰਾ ਜਾਂ ਇੱਧਰ ਉਹ ਸਾਰੇ ਕਿਤੇ ਚੈਕਿੰਗ ਚੱਲ ਰਹੀ ਹੈ ਅਤੇ ਮਾਸ ਰੇਡ ਅੱਜ ਪਲੈਨ ਕੀਤੀ ਗਈ ਸੀ ਟੋਪ ਬੋਸਿਸ ਵੱਲੋਂ ਸਾਡੇ ਐਸ ਸੀ ਸਾਹਿਬ ਚੀਫ ਇੰਜੀਨੀਅਰ ਸਾਹਿਬ ਵੱਲੋਂ ਸੀ ਐਮ ਡੀ ਸਾਹਿਬ ਦੀਆਂ ਸਪੈਸ਼ਲ ਇੰਸਟਰਕਸ਼ਨ ਨੇ ਕਿ ਚੋਰੀ ਨੂੰ ਪਲੱਗ ਕਰੋ ਕਿਉਂਕਿ ਜਿਹੜਾ ਯੂਜ਼ ਹੈ ਉਹ ਬਿਜਲੀ ਦੀ ਡਿਮਾਂਡ ਨਹੀਂ ਵਧਾਉਂਦਾ ਮਿਸਯੂਜ਼ ਉਹਦੀ ਡਿਮਾਂਡ ਵਧਾ ਦਿੰਦਾ ਅਤੇ ਉਹਦੇ ਨਾਲ ਫਾਈਨੈਂਸ਼ੀਅਲ ਲੋਸਿਸ ਵੀ ਆਉਂਦੇ ਆ ਡਿਪਾਰਟਮੈਂਟ ਨੂੰ ਵੀ ਪੰਜਾਬ ਗਵਰਨਮੈਂਟ ਨੂੰ ਵੀ ਵੈਸੇ ਜਿੰਨੇ ਯੂਨਿਟਸ ਗਵਰਨਮੈਂਟ ਨੇ ਫ੍ਰੀ ਕੀਤੇ ਹੋਏ ਨੇ ਉਹ ਸਫੀਸ਼ੈਂਟ ਨੇ ਜੇ ਲੋਕ ਪ੍ਰੋਪਰਲੀ ਬਿਜਲੀ ਯੂਜ਼ ਕਰਨ 600 ਯੂਨਿਟ ਮਹੀਨੇ ਦੇ ਕੋਈ ਘੱਟ ਨਹੀਂ ਹੁੰਦੇ ਨੋਰਮਲ 600 ਹਾਂਜੀ ਲੋਕਾਂ ਦੀ ਐਕਚੁਅਲੀ ਟੈਂਡੈਂਸੀ ਇਹ ਹੋ ਗਈ ਹੈ ਕਿ ਜੇ ਸਾਡੀ ਕੰਜ਼ਮਪਸ਼ਨ 600 ਤੋਂ ਜ਼ਿਆਦਾ ਹੈ ਤਾਂ ਵੀ ਅਸੀਂ ਬਿੱਲ ਨਹੀਂ ਆਉਣ ਦੇਣਾ ਅਸੀਂ 600 ਮਤਲਬ 599 590 'ਤੇ ਜਾ ਕੇ ਚੋਰੀ ਕਰਨੀ ਸ਼ੁਰੂ ਕਰ ਦਿੰਦੇ ਨੇ ਤਾਂ ਕਿ ਉਹਨਾਂ ਨੂੰ ਮਤਲਬ ਯੂਨਿਟਸ ਦਾ ਬਿੱਲ ਹੀ ਨਾ ਆਵੇ ਇਹਨਾਂ ਨੂੰ ਜੁਰਮਾਨਾ ਸਬ ਡਿਵੀਜ਼ਨ ਕੈਲਕੂਲੇਟ ਕਰਨਗੀਆਂ ਅਤੇ ਜੁਰਮਾਨੇ ਤੁਹਾਨੂੰ ਪਤਾ ਇਲੈਕਟ੍ਰੀਸਿਟੀ ਐਕਟ 2003 ਦੇ ਅਕੋਰਡਿੰਗ ਬੜੇ ਭਾਰੀ ਜੁਰਮਾਨੇ ਨੇ ਅਤੇ ਮੇਰੀ ਤਾਂ ਲੋਕਾਂ ਨੂੰ ਇਹੀ ਗੁਜ਼ਾਰਿਸ਼ ਹੈ ਕਿ 300 ਯੂਨਿਟ ਪਰ ਮੰਥ ਨੂੰ ਇੰਜੋਏ ਕਰਨ ਅਤੇ ਚੋਰੀ ਤੋਂ ਗੁਰੇਜ਼ ਕਰਨ ਤਾਂ ਕਿ ਡਿਪਾਰਟਮੈਂਟ ਨੂੰ ਵੀ ਨੁਕਸਾਨ ਨਾ ਹੋਵੇ ਅਤੇ ਉਹ ਵੀ ਭਾਰੇ ਜੁਰਮਾਨੇ ਭਰਨ ਤੋਂ ਬਚ ਸਕਣ। ਹਾਂਜੀ ਅਸੀਂ ਟੋਟਲ 15 ਕੁ ਮੀਟਰ ਪੈਕ ਕਰਵਾਏ ਨੇ ਜਿਹਦੇ 'ਚੋਂ 5 ਮੀਟਰ ਤਾਂ ਡੈਡ ਸ਼ੋਰ ਚੋਰੀ ਦੇ ਹੈਗੇ ਹੀ ਨੇ ਅਤੇ ਉਹ ਅਸੀਂ ਲੈਬੋਰਟਰੀ ਦੇ ਵਿੱਚ ਜਾ ਕੇ ਡਿਕਲੇਅਰ ਕਰਨੇ ਹਾਂ। ਪੀ ਸੀ ਐਲ ਅਤੇ ਡਿਸਟ੍ਰੀਬਿਊਸ਼ਨ ਵਿੰਗ ਤਰਨ ਤਾਰਨ ਸਰਕਲ ਵੱਲੋਂ ਜੁਆਇੰਟ ਰੇਡ ਕੀਤੀ ਗਈ ਤਰਨ ਤਾਰਨ ਦੇ ਵਿੱਚ। ਇਸ ਵਿੱਚ ਅਸੀਂ ਮੀਟਰਾਂ ਦੀ ਵਰਕਿੰਗ ਵਗੈਰਾ ਵੀ ਚੈੱਕ ਕੀਤੀ ਹੈ, ਮੀਟਰਾਂ ਦੀਆਂ ਰੀਡਿੰਗਾਂ ਵੀ ਵੈਰੀਫਾਈ ਕੀਤੀਆਂ ਕਿਉਂਕਿ 600 ਯੂਨਿਟ ਹੁਣ ਫ੍ਰੀ ਹੈ ਕਿ ਜਿਹੜਾ ਕਿ ਕਹਿੰਦੇ ਗਰਾਊਂਡ 'ਤੇ ਜਿਹੜੀ ਰੀਡਿੰਗ ਲੈ ਕੇ ਜਾਂਦੇ ਨੇ ਮੀਟਰ ਰੀਡਰ ਉਹਨਾਂ ਨੂੰ ਵੀ ਰਿਕਾਰਡ ਨਾਲ ਮੈਚ ਕੀਤਾ ਜਾਏਗਾ ਅਤੇ ਬਿਜਲੀ ਚੋਰੀ ਦੇ ਕੇਸ ਵੀ ਜਿਹੜੇ ਕੀ ਕਹਿੰਦੇ ਆ ਜਿੱਥੇ ਜਿੱਥੇ ਬਿਜਲੀ ਚੋਰੀ ਹੋ ਰਹੀ ਹੈ ਲੋਕਾਂ ਨੂੰ ਵੀ ਇਹ ਹਦਾਇਤ ਹੈ ਵੀ ਬਿਜਲੀ ਚੋਰੀ ਤੋਂ ਗੁਰੇਜ਼ ਕਰਨ। ਸਰਕਾਰ ਨੇ 600 ਯੂਨਿਟ ਸਾਰਿਆਂ ਨੂੰ ਫ੍ਰੀ ਕੀਤੇ ਨੇ ਅਤੇ ਉਸ ਜਿਹੜੇ ਕੀ ਕਹਿੰਦੇ ਕੰਮ ਨੂੰ ਅੱਗੇ ਵਧਾਈਏ ਅਤੇ ਬਿਜਲੀ ਚੋਰੀ ਤੋਂ ਸਾਰੇ ਗੁਰੇਜ਼ ਕਰਨ। ਫਿਲਹਾਲ ਅਜੇ ਅਸੀਂ ਚੈਕਿੰਗ ਕਰ ਰਹੇ ਹਾਂ, 2-3 ਕੇਸ ਅਸੀਂ ਫੜੇ ਆ, ਕੁਛ ਮੀਟਰ ਵੀ ਪੈਕ ਕਰਾਏ ਜਿਹੜੇ ਲੈਬੋਰਟਰੀ 'ਚ ਚੈੱਕ ਹੋਣਗੇ ਫਰਦਰ ਅਤੇ ਅੱਗੇ ਵੀ ਹਜੇ ਚੈਕਿੰਗ ਕਰਨੀ ਹੈ। ਸਰ ਸ਼ਹਿਰ 'ਚ ਕਿਹੜੇ ਕਿਹੜੇ ਇਲਾਕੇ ਵਿੱਚ ਤੁਸੀਂ ਸਰਚ ਕੀਤੀ ਹੈ? ਦੇਖੋ ਲੋਕਾਂ ਨੂੰ ਆਪ ਹੀ ਗੁਰੇਜ਼ ਕਰਨਾ ਚਾਹੀਦਾ ਬਿਜਲੀ ਚੋਰੀ ਤੋਂ। ਬਿਜਲੀ ਚੋਰੀ ਜਿਹੜੀ ਹੈਗੀ ਆ ਉਹ ਇੱਕ ਅਫੈਂਸ ਹੈ, ਕ੍ਰਿਮੀਨਲ ਅਫੈਂਸ ਹੈਗਾ, ਉਹਨੂੰ ਅਸੀਂ ਕੀ ਕਹਿੰਦੇ ਆ ਅਵੋਇਡ ਕਰੀਏ। ਜੇ ਨਹੀਂ ਕਰਨਗੇ ਤਾਂ ਫਿਰ ਐਕਸ਼ਨ ਉਹਨਾਂ 'ਤੇ ਲਿੱਤਾ ਜਾਏਗਾ। ਬਿਜਲੀ ਚੋਰੀ ਅਲਾਓ ਕਿਸੇ ਨੂੰ ਨਹੀਂ ਕੀਤੀ ਜਾਏਗੀ, FIR ਵੀ ਕਰਾਈ ਜਾਏਗੀ ਅਤੇ ਬਿਜਲੀ ਚੋਰੀ ਜਿਹੜੀ ਆ ਨਹੀਂ ਹੋਣ ਦਿੱਤੀ ਜਾਏਗੀ। 600 ਯੂਨਿਟ ਬਿਜਲੀ ਦੇ ਫ੍ਰੀ ਆ, ਆਪਣੇ ਕੀ ਕਹਿੰਦੇ ਆ 600 ਯੂਨਿਟ ਵਰਤਣ ਅਤੇ ਕੰਟਰੋਲਡ ਮੈਨਰ 'ਚ ਆਪਣੀ ਕੀ ਕਹਿੰਦੇ ਬਿਜਲੀ ਦੀ ਵਰਤੋਂ ਕਰਨ। ਜਦੋਂ ਜਿਹੜੇ ਲੋਕ ਚੋਰੀ ਕਰਦੇ ਨੇ ਜਾਂ ਚੋਰੀ ਉਦੋਂ ਵੇਸਟੇਜ ਵੀ ਹੁੰਦੀ ਬਿਜਲੀ ਦੀ, ਫਿਰ ਉਹ ਇਹ ਨਹੀਂ ਵੇਖਦੇ ਵੀ ਉੱਠ ਕੇ ਹੁਣ ਮੈਂ ਕਮਰਾ ਬੰਦ ਕਰ ਦੇ, ਠੀਕ ਹੈ। ਇਸ ਲਈ ਬਿਜਲੀ ਚੋਰੀ ਤੋਂ ਸਾਰਿਆਂ ਨੂੰ ਮੇਰੀ ਇਹੋ ਹੀ ਹੈ ਹਦਾਇਤ ਕਿ ਬਿਜਲੀ ਚੋਰੀ ਤੋਂ ਗੁਰੇਜ਼ ਕਰ। ਦੇਖੋ ਬਿਜਲੀ ਯੂਨਿਟ 600 ਫ੍ਰੀ ਹੈ, 600 ਤੱਕ ਕੰਜਮਸ਼ਨ ਰੱਖਣਗੇ ਫ੍ਰੀ ਹੈ, ਜੇ ਇਸ ਤੋਂ ਵੱਧ ਕਰਨਗੇ ਫਿਰ ਉਹਨਾਂ ਦੀ ਬਿਜਲੀ ਦਾ ਬਿੱਲ ਆਏਗਾ।